ਸੋ ਸਤਿ ਸ਼੍ਰੀ ਅਕਾਲ ਜੀ, ਮੈਂ ਭੁਪਿੰਦਰ ਗਰੇਵਾ, ਡੇਲੀ ਪੁਸ਼ ਪੰਜਾਬੀ, ਤੁਹਾਡਾ ਸਵਾਗਤ ਹੈ ਜੀ। ਗੁਰਦਾਸਪੁਰ ਏਰੀਏ ਦੇ ਵਿੱਚ ਹਾਂ ਔਰ ਚੀਮਾ ਸਾਹਿਬ ਸਾਡੇ ਨਾਲ ਆ। ਸੋ ਚੀਮਾ ਸਾਹਿਬ, ਚੱਲ ਰਿਹਾ ਜੀ ਪੂਰਾ ਜ਼ੋਰ ਜੀ? ਦੇਖੋ, ਬੜੀ ਖੁਸ਼ੀ ਹੈ, ਅੱਜ 7 ਜਲਸੇ ਆ, 2 ਤਾਂ ਹੋ ਗਏ ਔਰ ਬਹੁਤ ਹੀ ਚੜ੍ਹਦੀ ਕਲਾ ਵਾਲਾ ਮਾਹੌਲ ਆ। ਮੈਂ ਸਰਦਾਰ ਗੁਰਬਚਨ ਸਿੰਘ ਬੱਬੇਹਾਲੀ ਸਾਹਿਬ ਦਾ, ਸਾਰੀ ਇਹਨਾਂ ਦੀ ਟੀਮ ਦਾ ਧੰਨਵਾਦ ਕਰਦਾ। ਔਰ ਭਾਵੇਂ ਗਰਮੀ ਵੀ ਸਿੱਖਾਂ ਦੀ ਆ, ਹਾਲੇ ਕੰਮ ਦਾ ਵੀ ਜ਼ੋਰ ਹੈਗਾ, ਪਰ ਫਿਰ ਵੀ ਐਡੀ ਵੱਡੀ ਗਿਣਤੀ ਦੇ ਵਿੱਚ ਸਾਰੇ ਜਿਹੜੇ ਪਿੰਡ ਦੇ ਬਹੁਤ ਵਾਰ ਸੱਜਣਾਂ ਦਾ ਆਉਣਾ, ਬੀਬੀਆਂ ਦਾ ਆਉਣਾ, ਨੌਜਵਾਨਾਂ ਦਾ ਆਉਣਾ, ਇਹ ਬੜਾ ਸ਼ੁਭ ਸੰਕੇਤ ਆ। ਔਰ ਕਾਂਗਰਸ ਦੇ ਵਿਸ਼ਵਾਸਘਾਤ ਨੂੰ ਵੀ ਲੋਕ ਦੁਬਾਰਾ ਚੰਗੀ ਤਰ੍ਹਾਂ ਉਹਨਾਂ ਨੂੰ ਸਜ਼ਾ ਦੇਣੀ ਚਾਹੁੰਦੇ। ਚੀਮਾ ਸਾਹਿਬ, ਜੇ ਗੱਲ ਕੀਤੀ ਜਾਵੇ ਵੋਟਾਂ ਦੀ, 7 ਗੇੜਾਂ ਦੇ ਵਿੱਚ ਪਈਆਂ, ਪਰ ਪੰਜਾਬ ਲਈ ਸਪੈਸ਼ਲੀ ਜਿਹੜਾ ਜੂਨ ਦਾ ਮਹੀਨਾ ਜੀ, ਉਹ 1 ਤੋਂ ਜਿਹੜੇ 6 ਤਰੀਕ ਸੀ, ਸਾਨੂੰ ਉਹ ਕਦੇ ਨਾ ਭੁੱਲਣ ਵਾਲਾ, ਜਿਹੜਾ ਸਾਨੂੰ ਜ਼ਖਮ ਦਿੱਤਾ ਗਿਆ, ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜਾ ਸੈਂਟਰ ਗੌਰਮੈਂਟ ਜਾਂ ਜਿਹੜਾ ਇਲੈਕਸ਼ਨ ਕਮਿਸ਼ਨ, ਉਹਨੂੰ ਪਤਾ ਨਹੀਂ ਸੀ ਵੀ ਇਹ ਪੰਜਾਬ ਲਈ ਇਹ ਇੱਕ ਬੜਾ ਹੀ ਜਿਹੜਾ ਮਤਲਬ ਸੈਡ ਪਾਰਟ ਆ ਉਹ ਦਿਨਾਂ ਦੇ ਵਿੱਚ, ਫਿਰ ਉਸ ਦਿਨਾਂ ਦੇ ਵਿੱਚ ਸਪੈਸ਼ਲੀ ਵੋਟਿੰਗ ਰੱਖਣੀ, ਕੀ ਕਹਿਣਾ ਚਾਹੋਗੇ? ਨਹੀਂ, ਚੰਗੀ ਗੱਲ ਆ। ਅਸੀਂ ਤਾਂ ਕਹਿੰਦੇ ਇਲੈਕਸ਼ਨ ਕਮਿਸ਼ਨ ਤਾਂ ਰੂਟੀਨ 'ਚ ਇਲੈਕਸ਼ਨਾਂ ਕਰਾਉਂਦਾ, ਸਾਰੇ ਦੇਸ਼ ਦੀ ਜਿਹੜੀ ਹੈਗੀ ਆ ਜਿਹੜੀ ਆ ਇਲੈਕਸ਼ਨ ਤੈਅ ਹੁੰਦੀ ਹੈ, ਸਾਰੀਆਂ ਸਟੇਟਾਂ ਦੀ ਤੈਅ ਹੁੰਦੀ ਹੈ। ਉਸ ਰੋਸਟਰ ਦੇ ਵਿੱਚ ਸਾਡੀ ਕੁਦਰਤੀ ਡੇਟ 1 ਜੂਨ ਹੈ। ਇਹ ਤਾਂ ਅਸੀਂ ਕੁਦਰਤ ਦਾ ਧੰਨਵਾਦ ਕਰਦੇ ਹਾਂ ਕਿ ਉਸ ਦਿਨ ਆਈ ਹੈ ਜਿਸ ਦਿਨ ਦਾ ਲੋਕ ਬਦਲਾ ਲੈਣਾ ਪਹਿਲਾਂ ਵੀ ਕਾਂਗਰਸ ਤੋਂ ਚਾਹੁੰਦੇ ਸੀ। ਇਤਿਹਾਸਿਕ ਦਿਨਾਂ ਦੀ ਮਹੱਤਤਾ ਹੁੰਦੀ, ਕਿਉਂਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਹ ਸਥਾਨ ਹੈ ਜਿੱਥੋਂ 4 ਵਰਨਾਂ ਨੂੰ ਸਾਂਝਾ ਉਪਦੇਸ਼ ਜਿਹੜਾ ਗੁਰੂ ਸਾਹਿਬ ਨੇ ਦਿੱਤਾ, ਔਰ ਸਾਰੇ ਧਰਮਾਂ ਦੇ ਲੋਕ ਉੱਥੇ ਨਤਮਸਤਕ ਹੁੰਦੇ। ਇਸ ਕਰਕੇ ਛੋਟੀ ਜਿਹੀ ਗੱਲ ਨਹੀਂ ਸੀ, ਇੰਨੀਆਂ ਵੱਡੀਆਂ ਸ਼ਹੀਦੀਆਂ ਹੋਈਆਂ ਅਤੇ ਉਹ ਦਿਨ ਆ ਰਿਹਾ, ਔਰ ਕੁਦਰਤੀ ਕੈਂਡੀਡੇਟ ਉਸ ਪਰਿਵਾਰ 'ਚੋਂ ਹੈ ਜਿਨ੍ਹਾਂ ਨੇ ਉਸ ਵੇਲੇ ਸਵਾਗਤ ਕੀਤਾ ਸੀ। ਰੰਧਾਵਾ ਸਾਹਿਬ ਦੇ ਪਿਤਾ ਜੀ ਨੇ ਉਸ ਵੇਲੇ ਇੰਦਰਾ ਗਾਂਧੀ ਦਾ ਧੰਨਵਾਦ ਕੀਤਾ ਸੀ ਕਿ ਇਹ ਕੰਮ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ। ਇਸ ਕਰਕੇ ਲੱਡੂ ਵੰਡਣ ਵਾਲਿਆਂ ਨੂੰ ਵੀ ਸੰਗਤ ਨੇ ਸਜ਼ਾ ਦੇਣੀ ਹੈ, ਉਹ ਦਿਨ ਕੁਦਰਤੀ ਆ ਗਿਆ। ਸੋ ਬੱਬੇਵਾਲੀ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ? ਅੱਜ ਤੁਸੀਂ ਇਹਨਾਂ ਦੇ ਨਾਲ ਆ, ਤੁਹਾਡੇ ਪਿੰਡ ਨੇ ਚੀਫ ਪਾਰਲੀਮੈਂਟਰੀ ਸੈਕਟਰੀ ਰਹੇ ਹੋ, ਤੁਸੀਂ ਕੀ ਕਹਿਣਾ ਚਾਹੋਗੇ ਜੀ? ਲੋਕ ਕਿਵੇਂ ਪੱਬਾਂ ਭਰ ਹੋਏ? ਦੇਖੋ, ਲੋਕ ਬੜਾ ਵੱਡਾ ਹੰਗਾਰਾ ਦੇ ਰਹੇ ਨੇ, ਪਿੱਛੇ ਲੋਕਾਂ ਨੇ ਦੋਵਾਂ ਪਾਰਟੀਆਂ ਨੂੰ ਵੇਖ ਲਿਆ। ਸੋ ਇਸ ਕਰਕੇ ਲੋਕਾਂ ਮਨ ਬਣਾਇਆ ਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਪਾਰਟੀ ਹੈ ਜਿਹੜੀ ਪੰਜਾਬ ਦੀ ਗੱਲ ਕਰ ਸਕਦੀ ਹੈ, ਅਤੇ ਕੈਂਡੀਡੇਟ ਜਿਹੜੇ ਨੇ ਇਹ ਸਾਡੇ ਬੜੇ ਵਧੀਆ ਬੇਦਾਗ ਸਿਆਣੇ ਪੜ੍ਹੇ ਲਿਖੇ ਚੰਗੀ ਗੱਲ ਕਰਨ ਵਾਲੇ ਨੇ, ਅਤੇ ਲੋਕ ਸਮਝਦੇ ਨੇ ਕਿ ਜੇ ਪਾਰਲੀਮੈਂਟ ਜਿਤਾ ਕੇ ਉਹਨੂੰ ਭੇਜਦੇ ਹਾਂ ਤਾਂ ਉੱਥੇ ਮੁੱਦਿਆਂ ਦੀ ਗੱਲ ਕਰਨਗੇ, ਜਿੰਨਾ ਸਾਡਾ ਪਾਰਲੀਮੈਂਟ ਹਲਕੇ ਦੇ ਲੋਕਾਂ ਦੀ ਡਿਵੈਲਪਮੈਂਟ ਦੀ ਗੱਲ ਹੋਏਗੀ, ਹੱਕਾਂ ਦੀ ਗੱਲ ਹੋਏਗੀ। ਸੋ ਬੜਾ ਵੱਡਾ ਹੰਗਾਰਾ ਮਿਲ ਰਿਹਾ, ਮੈਨੂੰ ਆਸ ਹੈ ਕਿ ਲੋਕ ਇਹਨੂੰ ਜਿਤਾ ਕੇ ਪਾਰਲੀਮੈਂਟ 'ਚ ਭੇਜੋ। ਜਿਤਾ ਕੇ ਭੇਜੋਗੇ? ਵੱਡੀ ਇੱਕ ਛੋਟੀ ਦੀ ਗੱਲ ਨਹੀਂ, ਵੱਡੀ ਦਿਖਾਵਾਂਗੇ। ਧੰਨਵਾਦ ਜੀ, ਧੰਨਵਾਦ ਜੀ ਸਾਹਿਬ। ਸੋ ਇਹ ਸਨ ਦਲਜੀਤ ਸਿੰਘ ਚੀਮਾ, ਜਿਨ੍ਹਾਂ ਨੇ ਕਿਹਾ ਬਈ ਲੋਕ ਪੱਬਾਂ ਭਰ ਹੋਏ ਨੇ, ਔਰ 1 ਜੂਨ ਦਾ ਜਿਹੜਾ ਇਤਿਹਾਸਿਕ ਦਿਨ ਹੈ ਕਦੇ ਭੁਲਾਇਆ ਨਹੀਂ ਜਾ ਸਕਦਾ, ਔਰ ਚੰਗੀ ਗੱਲ ਆ ਉਹ ਦਿਨ ਸਪੈਸ਼ਲੀ ਚੁਣਿਆ ਗਿਆ ਕਿਉਂਕਿ ਲੋਕਾਂ ਨੂੰ ਜਿਹੜੇ ਜ਼ਖਮਾਂ 'ਤੇ ਜਿਹੜਾ ਮਾਰਮਾ ਲੋਕਾਂ ਨੂੰ ਯਾਦ ਕਰਾਉਣਗੇ, ਔਰ ਉਹਦੇ ਵਿੱਚ ਲੋਕ ਅਕਾਲੀ ਦਲ ਨੂੰ ਵੋਟਾਂ ਪਾਉਣਗੇ ਕਿਉਂਕਿ ਪੰਥਕ ਪਾਰਟੀ ਹੈ ਔਰ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਆ। ਸੋ ਫਿਲਹਾਲ ਦੇ ਲਈ ਇੰਨਾ ਹੀ। ਕੈਮਰਾਮੈਨ ਰਾਹੁਲ ਦੇ ਨਾਲ ਭੁਪਿੰਦਰ ਗਰੇਵਾਲ, ਡੇਲੀ ਪੋਸਟ ਪੰਜਾਬੀ, ਗੁਰਦਾਸਪੁਰ।